ਅੱਜ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਮੋਗਾ ਜ਼ਿਲ੍ਹਾ ਦੀ ਵਿਸ਼ੇਸ਼ ਮੀਟਿੰਗ ਦੇ ਵਿੱਚ ਇੱਥੇ ਪਹੁੰਚਿਆ। ਅੱਜ ਸਾਡੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੀ ਟੀਮ ਦੀ ਘੋਸ਼ਣਾ ਹੋਈ ਹੈ ਔਰ ਉਹਦੇ ਨਾਲ ਨਾਲ 23 ਤਰੀਕ ਨੂੰ ਪਠਾਨਕੋਟ ਦੇ ਅੰਦਰ ਸਾਡੇ ਬਹੁਤ ਹੀ ਸਤਿਕਾਰਯੋਗ ਕੇਂਦਰੀ ਨੇਤਾ ਸਾਡੇ ਚੁਣਾਵ ਸਮਿਤੀ ਦੇ ਚੇਅਰਮੈਨ ਸ਼੍ਰੀਮਾਨ ਨਰਿੰਦਰ ਮੋਦੀ ਜੀ ਉਹਨਾਂ ਦਾ ਉੱਥੇ ਆਗਮਨ ਹੋ ਰਿਹਾ ਔਰ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰੀ ਉਹ ਪੰਜਾਬ 'ਚ ਆ ਰਹੇ ਨੇ ਔਰ ਮੋਗਾ ਤੋਂ ਕਾਫੀ ਸੰਖਿਆ ਦੇ ਵਿੱਚ ਲੋਕ ਉੱਥੇ ਹੁੰਮ ਹੁਮਾ ਕੇ ਪਹੁੰਚ ਰਹੇ ਨੇ ਔਰ ਆਉਣ ਵਾਲਾ ਜਿਹੜਾ ਸਮਾਂ ਹੈਗਾ ਆਉਣ ਵਾਲਾ ਸਾਡੀ ਮੋਗਾ ਜ਼ਿਲ੍ਹਾ ਦੀ ਇਕਾਈ ਜਿਹੜੀ ਹੈਗੀ ਹੈ ਲੋਕ ਸਭਾ ਦੀਆਂ ਚੋਣਾਂ ਵਾਸਤੇ ਪੂਰੀ ਤਰ੍ਹਾਂ ਦਰੁਸਤ ਔਰ ਚੁਸਤ ਹੋ ਚੁੱਕਿਆ। ਜਦੋਂ ਇਹ ਸਾਰੀਆਂ ਚੀਜ਼ਾਂ ਕੰਪਲੀਟ ਹੋ ਜਾਣਗੀਆਂ ਇੱਕ ਮੀਟਿੰਗ ਹੋਣੀ ਹੈ ਪ੍ਰਦੇਸ਼ ਕਾਰਿਆਕਾਰਨੀ ਜਿਹਨੂੰ ਬੋਲਦੇ ਇੱਕ ਦਿਨ ਦੀ ਦੋ ਦਿਨ ਦੀ ਹੋਣੀ ਹੈ ਉਸ ਤੋਂ ਬਾਅਦ ਮੇਰੀ ਗੱਲ ਜਿਹੜਾ ਸੰਗਠਨਾਤਮਕ ਢਾਂਚਾ ਹੈ ਉਹ ਬਿਲਕੁਲ ਚੁਸਤ ਦਰੁਸਤ ਹੋ ਜਾਏ ਔਰ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਲੜਾਈ ਹੈ ਉਹਦੇ ਵਾਸਤੇ ਤਿਆਰ ਆ ਬਣਿਆ ਹੋਊਗਾ ਕਿ ਸਾਨੂੰ ਕਾਰਿਕਰਮ ਕਰਨ ਦੇ ਵਿੱਚ ਆਸਾਨੀ ਹੋਊਗੀ ਕੱਲ੍ਹ ਦੇ ਮੌਸਮ ਵੇਟ ਕਰਨਾ ਔਰ ਸਾਡੇ ਤੇ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਕੋਈ ਆਉਣ ਵਾਲੀ ਹੈ ਕਿ ਸਾਡੇ ਔਰ ਮੇਰੇ ਲਈ ਖਾਸ ਕਰਕੇ ਜਿਹੜੇ ਮੋਗਾ ਦੇ ਸਾਡੇ ਕਾਰਿਆਕਰਤਾ ਨੇ ਸੀਨੀਅਰ ਕਾਰਿਆਕਰਤਾ ਨੇ ਕਿ ਪਾਰਟੀ ਉਹਦੇ ਬਾਰੇ ਕੀ ਦਿੱਤੀ ਗਈ ਹੈ ਮੈਂ ਜ਼ਿੰਮੇਵਾਰੀ ਨੂੰ ਪੂਰੀ ਤਨਦੇ ਨਾਲ ਨਿਭਾਊਗਾ ਪਾਰਟੀ ਦੀ ਚੜ੍ਹਦੀ ਕਲਾ 'ਤੇ ਕੰਮ ਕਰਾਂਗੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ 2024 ਦੇ ਵਿੱਚ ਜਿਹੜੇ ਇਲੈਕਸ਼ਨ ਹੈ ਉਹਦੇ 'ਚ ਵੀ ਆਪਾਂ NDA ਸਰਕਾਰ ਬਣੂਗੀ ਅਤੇ ਸਾਡਾ PM ਜਿਹੜਾ ਅਸੀਂ ਉਹਦੇ ਵਾਸਤੇ ਆਪਣਾ ਪੂਰਾ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ।